ਇਹ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਬਣਿਆ ਸੀ ਇਹਦੇ ਨਾਲ ਇੱਕ ਆਸ ਜਾਗੀ ਸੀ ਕਿ ਦਿੱਲੀ ਤੋਂ ਇੱਕ ਆਵਾਜ਼ ਉੱਠੀ ਹੈ ਇਹਨਾਂ ਦੀ ਜਿਹੜੀ ਕਾਰਜਸ਼ੈਲੀ ਹੈ ਇਹ ਤੇ ਸ਼ੁਰੂ ਤੋਂ ਹੀ ਜਿਹੜਾ ਸੀ ਇਹ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਇਹ ਇਹ ਰਾਜਨੀਤਿਕ ਮਫਾਦ ਦੇ ਲਈ ਇਹ ਮੋਰਚਾ ਜਿਹੜਾ ਬਣਾਇਆ ਗਿਆ ਅਸੀਂ ਇਹ ਮੋਰਚਾ ਲਾਇਆ ਹੈ ਸੰਗਤ ਨੂੰ ਅਵੇਅਰ ਕਰਨ ਵਾਸਤੇ ਕਿ ਸੰਗਤ ਨੂੰ ਪਤਾ ਹੀ ਨਹੀਂ ਬੰਦੀ ਸਿੰਘ ਕੌਣ ਹੈ ਕਿ ਤੁਸੀਂ ਮੰਨਦੇ ਹੋ ਕਿ ਸੰਗਤ ਨੂੰ ਨਾ ਪਤਾ ਹੋਵੇ ਐਨੇ ਸਾਲਾਂ ਤੋਂ ਕਿ ਬੰਦੀ ਸਿੰਘ ਕੌਣ ਹੈ ਪ੍ਰਧਾਨ ਸਾਹਿਬ ਤੁਸੀਂ ਸਰਕਾਰ ਦੇ ਝੋਲੀ ਚੁੱਕੋ ਤੁਸੀਂ ਸਰਕਾਰ ਦੇ ਪਿੱਠੂ ਹੋ ਤੁਸੀਂ ਸਿੱਖਾਂ ਨੂੰ ਗੁਲਾਮ ਬਣਾ ਲਿਆ ਚੇਅਰਮੈਨੀਆਂ ਦੇ ਕੇ ਗੁਲਾਮ ਬਣਾ ਲਿਆ ਅੱਜ ਤੁਹਾਨੂੰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਯਾਦ ਆਈ ਹੈ ਜਦੋਂ ਤੁਸੀਂ 5 ਸਾਲ ਐਮ.ਐਲ.ਏ ਸੀ ਉਸ ਵੇਲੇ ਤੁਸੀਂ ਕੀ ਕੀਤਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤੇ ਸਿੰਘ ਜੀ ਲਗਾਤਾਰ ਆਪਾਂ ਕਵਰੇਜ ਕਰਦੇ ਰਹੇ ਹੈਗੇ ਜਿਸ ਤਰੀਕੇ ਐਮਸੀਡੀ ਦੇ ਇਲੈਕਸ਼ਨ ਦੀਆਂ ਗੱਲਾਂ ਚੱਲ ਰਹੀਆਂ ਨੇ ਤੇ ਇੱਕ ਨਵਾਂ ਮਸਲਾ ਜਿਹੜਾ ਸਾਰੀ ਦੁਨੀਆ ਦੇ ਅੱਗੇ ਆਇਆ ਹੈਗਾ ਬੰਦੀ ਸਿੰਘਾਂ ਰਿਹਾਈ ਦਾ ਮੋਰਚਾ ਅਗਰ ਅਸੀਂ ਗੱਲ ਕਰਦੇ ਹਾਂ ਸਿੱਖ ਕੌਮ ਦੀ ਬੰਦੀ ਸਿੰਘਾਂ ਦੀ ਗੱਲ ਹਰ ਪਾਸੇ ਹੋ ਰਹੀ ਹੈ ਅੱਜ ਅਸੀਂ ਗੁਰਦਾਰਾ ਕਾਫਗਨ ਸਾਹਿਬ ਦੇ ਵਿੱਚ ਮੌਜੂਦ ਹੈ ਗਿਆ ਗਾਨੀਪਿੰਦਰਪਾਲ ਸਿੰਘ ਨੇ ਅੱਜ ਵਰ ਕਾਪਨ ਸਾਭ ਦੀ ਸਟੇਜ ਦੇ ਉੱਤੇ ਵੀ ਇਹ ਲਫ਼ਜ਼ ਵਰਤੇ ਹੈਗੇ ਨੇ ਕਿ ਅਗਰ ਦੂਸਰੇ ਕਾਤਲਾਂ ਦੀ ਗੱਲ ਕੀਤੀ ਜਾਂਦੀ ਹੈ ਰਿਹਾਈਆਂ ਦੇ ਦਿੱਤੀਆਂ ਜਾਂਦੀਆਂ ਨੇ ਤੇ ਸਿੱਖ ਕੌਮ ਦੇ ਬੰਦੀ ਸਿੰਘ ਜਿਹੜੇ ਹੈਗੇ ਨੇ ਉਹਨਾਂ ਦੀ ਰਿਹਾਈਆਂ ਕਿਉਂ ਨਹੀਂ ਕੀਤੀਆਂ ਬੜਾ ਵੱਡਾ ਮਸਲਾ ਹੈਗਾ ਜਿਹੜਾ ਅੱਜ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਆਪਣੀ ਕਥਾ ਦੇ ਵਿੱਚਕਾਰ ਅੱਜ ਦੁਨੀਆ ਦੇ ਅੱਗੇ ਰੱਖਿਆ ਸੀ ਤੁਹਾਨੂੰ ਉਹ ਕਲਿੱਪ ਵੀ ਦਿਖਾਵਾਂਗੇ ਮਗਰ ਅਸੀਂ ਗੱਲ ਕਰਨੇ ਆ ਬੰਦੀ ਸਿੰਘ ਰਿਹਾਈ ਮੋਰਚੇ ਦੀ ਵੀ ਔਰ ਖਾਸ ਕਰਕੇ ਅਗਰ ਆਪਾ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਨ ਸਾਬਰਮਿੰਦਰ ਸਿੰਘ ਸਰਨਾ ਨੇ ਅੱਜ ਤੋਂ ਕੁਝ ਦਿਨ ਪਹਿਲੇ ਜਿਸ ਵੇਲੇ ਉਹ ਇਲੈਕਸ਼ਨ ਲੜਨ ਦੀ ਗੱਲ ਕੀਤੀ ਫਿਰ ਉਸ ਤੋਂ ਬਾਅਦ ਉਹਨਾਂ ਨੇ ਉਸ ਗੱਲ ਤੋਂ ਬੈਕਫੁੱਟ ਦੇ ਉੱਤੇ ਆ ਕੇ ਲਫ਼ਜ਼ ਵਰਤਿਆ ਕਿ ਅਸੀਂ ਸਿਰਫ ਉਸ ਸੰਗਤ ਨੂੰ ਅਸੀਂ ਅਪੀਲ ਕਰਾਂਗੇ ਕਿ ਵੋਟ ਉਸ ਪਾਰਟੀ ਨੂੰ ਦਿੱਤੀ ਜਾਣ ਜੋ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ ਉਹ ਬੰਦੀ ਸਿੰਘਾਂ ਦਾ ਮਸਲਾ ਕਿੱਥੇ ਖਲੋਤਾ ਤੁਸੀਂ ਦੇਖਿਆ ਸਾਡੇ ਟੀਵੀ 84 ਦੇ ਚੈਨਲ ਦੇ ਰਾਹੀਂ ਲਗਾਤਾਰ ਆਪਾਂ ਤੁਹਾਨੂੰ ਗੁਰਦਾਰਾ ਬੰਗਲਾ ਸਭ ਦਾ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਸੀ ਅਸੀਂ ਉਹਦੀ ਕਵਰੇਜ ਦਿਖਾਈ ਤੇ ਅੱਜ ਤੋਂ ਸਿਰਫ 4-5 ਦਿਨ ਪਹਿਲੇ ਪਰਮਿੰਦਰਪਾਲ ਸਿੰਘ ਜਿਹੜੇ ਕਹਿ ਲਈਏ ਕਿ ਮੁੱਖ ਬੁਲਾਰੇ ਵੀ ਹੈਗੇ ਨੇ ਬੰਦੀ ਸਿੰਘ ਰਿਹਾਈ ਮੋਰਚਾ ਦੇ ਉਹਨਾਂ ਨੇ ਅਪੀਲ ਕੀਤੀ ਕਿ ਉਹਨਾਂ ਦੀ ਪਾਰਟੀ ਦੇ ਦੋ ਬੰਦੇ ਇੱਕ ਇੰਡੀਆ ਤੋਂ ਬਾਹਰ ਹੈਗੇ ਨੇ ਤੇ ਜਿਹੜੇ ਕਨਵਿਨਿਅਰ ਹੈਗੇ ਨੇ ਉਹ ਦੂਸਰੀ ਪਾਰਟੀ ਦੇ ਇਲੈਕਸ਼ਨ ਦੇ ਤੌਰ ਦੇ ਉੱਤੇ ਆਪਣੇ ਬੇਟੇ ਦੇ ਇਲੈਕਸ਼ਨ ਵਿੱਚ ਬਿਜ਼ੀ ਹੈਗੇ ਨੇ ਕੀ ਮੌਜੂਦਾ ਹਾਲਾਤ ਨੇ ਅੱਜ ਉਸ ਬਾਰੇ ਗੱਲ ਕਰਨ ਦੇ ਲਈ ਸਰਦਾਰ ਹਰਦੀਪ ਸਿੰਘ ਗੋਬਿੰਦਪ uri ਸਾਡੇ ਨਾਲ ਜੁੜ ਚੁੱਕੇ ਨੇ ਜਿਹੜੇ ਦਿੱਲੀ ਸ਼ ਗੁਦਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪੰਜਾਬੀ ਬਾਦਸ਼ਾਹ ਦੇ ਚੇਅਰਮੈਨ ਵੀ ਹੈਗੇ ਨੇ ਇਹਨਾਂ ਦੇ ਇਸ ਮਸਲੇ ਤੇ ਸਾਡੇ ਨਾਲ ਗੱਲ ਵੀ ਕਰਨਗੇ ਗੱਲ ਦੀ ਸ਼ੁਰੂਆਤ ਫਤਿਹਦੀ ਸੰਤੋ ਕਰਨ ਹਰਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਦੀ ਸਿੰਘ ਜੀ ਅਗਰ ਅਸੀਂ ਬੰਦੀ ਸਿੰਘ ਰਿਹਾਈ ਮੋਰਚੇ ਦੀ ਗੱਲ ਕਰਦੇ ਹੈਗੇ ਆ ਕਨਵੀਨੀਅਰ ਸਦਰਵਤਾ ਸਿੰਘ ਗੱਲ ਕਰ ਤੁਹਾਡੇ ਬੜੇ ਮਿੱਤਰ ਰਹਿ ਚੁੱਕੇ ਨੇ ਅਗਰ ਅਸੀਂ ਤੁਹਾਡੇ ਪਿਛਲੇ ਟਾਈਮ ਦੀ ਗੱਲ ਕਰੀ ਰਾਜਨੀਤਿਕ ਸਮੇਂ ਦੀ ਗੱਲ ਕਰ ਲਈਏ ਕਾਫੀ ਟਾਈਮ ਤੁਸੀਂ ਉਹਨਾਂ ਦੇ ਨਾਲ ਬਿਤਾਇਆ ਹੈਗਾ ਉਹ ਇਸ ਵੇਲੇ ਦੂਸਰੀ ਪਾਰਟੀ ਆਪਣੇ ਬੇਟੇ ਦੇ ਲਈ ਕਾਂਗਰਸ ਦੀ ਗੱਲ ਕਰ ਰਹੇ ਹੈਗੇ ਨੇ ਤੁਹਾਡਾ ਇਸ ਮਸਲੇ ਦੇ ਉੱਤੇ ਕੀ ਕਹਿਣਾ ਹੈ ਬੰਦੀ ਸਿੰਘ ਰਿਹਾਈ ਮੋਰਚਾ ਅੱਜ ਕਿੱਥੇ ਖਲੋਤਾ ਦੇਖੋ ਸਿੰਘ ਸਾਹਿਬ ਵੀ ਇਹ ਜਿਹੜਾ ਬੰਦੀ ਸਿੰਘ ਰਿਹਾਈ ਮੋਰਚਾ ਬਣਿਆ ਸੀ ਇਹਦੇ ਨਾਲ ਇੱਕ ਆਸ ਜਾਗੀ ਸੀ कि दिल्ली तो एक आवाज उठी है ते मैं ਜਿਹੜੀ ਇਹ आवाज ਉੱਠੀ ਸੀ ਪਰ ਜਿਸ ਸਮੇ ਇਹ आवाज ਉੱਠੀ ਸੀ ਉਸ ਵੇਲੇ ਜਿਸ ਤਰੀਕੇ ਨਾਲ ਇਹ आवाज ਚੱਲੀ ਸੀ ਔਰ ਜਿਸ ਹਾਲਾਤਾਂ ਚ ਜਾ ਕੇ ਇਹ ਮੋਰਚਾ ਬਣਿਆ ਜਿਹੜਾ ਦਿੱਲੀ ਵਾਲਾ ਬਣਿਆ ਤੇ ਇਹਨਾਂ ਦੀ ਜਿਹੜੀ ਕਾਰਜ ਸ਼ੈਲੀ ਹੈ ਇਹ ਤੇ ਸ਼ੁਰੂ ਤੋਂ ਜਿਹੜਾ ਸੀ ਇਹ ਲੱਗ ਰਿਹਾ ਸੀ ਕਿ ਕਿਤੇ ਨਾ ਕਿਤੇ ਇਹ ਇਹ ਰਾਜਨੀਤਿਕ ਮਫਾਦ ਦੇ ਲਈ ਇਹ ਮੋਰਚਾ ਜਿਹੜਾ ਬਣਾਇਆ ਗਿਆ ਭਲੇ ਹੀ ਇਹਨਾਂ ਨੇ ਉਸ ਵੇਲੇ ਕੰਮ ਕੀਤਾ ਮਤਲਬ ਮੰਤਰੀਆਂ ਨੂੰ ਮਿਲੇ ਮੁੱਖ ਮੰਤਰੀ ਨੂੰ ਮਿਲੇ ਪ੍ਰਾਈਮ ਮਿਨਿਸਟਰ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਅਮਿਤ ਸ਼ਾਹ ਨੂੰ ਮਿਲੇ ਮਨਜਿੰਦਰ ਸਿੰਘ ਸਿਰਸਾ ਨੂੰ ਮਿਲੇ ਔਰ ਪੰਜਾਬ ਦੀਆਂ ਚੋਣਾਂ 'ਚ ਵੀ ਇਹਨਾਂ ਨੇ ਡਟ ਕੇ ਪ੍ਰਚਾਰ ਕੀਤਾ ਕੇਜਰੀਵਾਲ ਸਰਕਾਰ ਦੇ ਖਿਲਾਫ ਪ੍ਰਚਾਰ ਕੀਤਾ ਜੀ ਇਹਨਾਂ ਨੇ ਜਥੇਦਾਰ ਜਗਤਾਰ ਸਿੰਘ ਹਵਾਰਾ ਨੂੰ ਰੱਖਿਆ ਹੋਇਆ ਪਰ ਮੈਂ ਇਹ ਦੇਖਿਆ ਕਿ ਇਹ ਹੁਣ ਕੁਦਰਤੀ ਕਉ ਦੇ ਇਤਫਾਕ ਹੋ ਜਿਸ ਤਰ੍ਹਾਂ ਪੰਜਾਬ ਦੀ ਚੋਣਾਂ ਖਤਮ ਹੋਈਆਂ ਤੇ ਇਹ ਰਿਹਾਈ ਮੋਰਚਾ ਜਿਹੜਾ ਹੈ ਇਹ ਥੋੜਾ ਜਿਹਾ ਠੰਡਾ ਪੈ ਗਿਆ ਔਰ ਜਿਸ ਤਰ੍ਹਾਂ ਹੀ ਹੁਣ ਤੁਸੀਂ ਗੱਲ ਐਮਸੀਡੀ ਦੀ ਚੋਣਾਂ ਦੀ ਕੀਤੀ ਹੈ ਜਿਸ ਤਰ੍ਹਾਂ ਹੀ ਐਮਸੀਡੀ ਦੀ ਚੋਣਾਂ ਦੀ ਸੁਗਬੁਹਾਟ ਜਿਹੜੀ ਹੈ ਥੋੜੀ ਜਿਹੀ ਗਮ ਗਮੀ ਸ਼ੁਰੂ ਹੋਈ ਕਿ ਇਹ ਦਸੰਬਰ ਜਾਂ ਜਨਵਰੀ ਚ ਹੋ ਸਕਦੀਆਂ ਤੇ ਫਿਰ ਅਚਨ ਚੇਤ ਕਹਿ ਲੋ ਜਾਂ ਸੁਭਾਵਕ ਕਹੋ ਮੈਂ ਨਹੀਂ ਕਹਿੰਦਾ ਇਹ ਮਿੱਥਿਆ ਹੋਇਆ ਹੋਵੇ ਹੋ ਸਕਦਾ ਇਤਫਾਕ ਹੀ ਹੋਵੇ ਕੁਦਰਤੀ ਤੌਰ ਤੇ ਹੋਵੇ ਤੇ ਸਾਨੂੰ ਇਹ ਪਤਾ ਲੱਗਿਆ ਜੀ ਕਿ ਬੰਦੀ ਸਿੰਘ ਜਿਹੜਾ ਦਿੱਲੀ ਦਾ ਜਿਹੜਾ ਸਿਆਸੀ ਮੋਰਚਾ ਬਣਿਆ ਹੈ ਇਹ ਬੰਗਲਾ ਸਾਹਿਬ ਮੋਰਚਾ ਲਗਾਏਗਾ 1 ਮਹੀਨੇ ਵਾਸਤੇ ਤੇ ਉੱਥੇ ਤੁਸੀਂ ਹੁਣ ਗੱਲ ਕੀਤੀ ਹੈ ਮੇਰੇ ਮਿੱਤਰ ਮੇਰੇ ਭਰਾ ਵਰਗੇ ਨੇ ਤੇ ਉਹਨਾਂ ਦੀ ਗੱਲ ਕੀਤੀ ਹੈ ਉਹਨਾਂ ਨੇ ਉੱਥੇ ਗੱਲ ਕੀਤੀ ਕਿ ਮੈਂ ਅਸੀਂ ਇਹ ਮੋਰਚਾ ਲਾਇਆ ਹੈ ਸੰਗਤ ਨੂੰ ਅਵੇਅਰ ਕਰਨ ਵਾਸਤੇ ਕਿ ਸੰਗਤ ਨੂੰ ਪਤਾ ਹੀ ਨਹੀਂ ਬੰਦੀ ਸਿੰਘ ਕੌਣ ਹੈ ਇਹ ਤੁਸੀਂ ਮੰਨਦੇ ਹੋ ਕਿ ਸੰਗਤ ਨੂੰ ਨਾ ਪਤਾ ਹੋਵੇ ਐਨੇ ਸਾਲਾਂ ਤੋਂ ਕਿ ਬੰਦੀ ਸਿੰਘ ਕੌਣ ਹੈ ਤੇ ਮੈਂ ਇੱਕ ਵੀਡੀਓ ਵੀ ਕੱਢੀ ਸੀ ਤੇ ਉਸ ਵੀਡੀਓ 'ਚ ਕਿਹਾ ਸੀ ਕਿ ਭਾਈ ਸਾਹਿਬ ਜਿਹੜਾ ਅਵੇਅਰ ਕਰਨ ਵਾਸਤੇ ਕੰਮ ਕੀਤਾ ਜਾਂਦਾ ਉਹਨੂੰ ਅਵੇਅਰਨੈਸ ਕੈਂਪ ਕਹਿੰਦੇ ਆ ਮੋਰਚਾ ਨਹੀਂ ਕਹਿੰਦੇ ਮੋਰਚਾ ਤਾਂ ਕਿਸੇ ਜ਼ੁਲਮ ਦੇ ਖਾਦ ਜਿਹੜਾ ਲਗਾਇਆ ਜਾਂਦਾ ਉਹ ਫਿਰ ਰਿਜ਼ਲਟ ਹਾਸਲ ਕੀਤੇ ਬਿਨਾ ਚੁੱਕਿਆ ਨਹੀਂ ਜਾਂਦਾ ਪਿੱਛੇ ਕਿਸਾਨ ਮੋਰਚਾ ਲਗਿਆ ਸੀ ਨਾ ਇੱਕ ਸਾਲ ਲੱਗਿਆ ਰਿਹਾ ਤੇ ਡਟ ਕੇ ਮੋਰਚਾ ਲਗਿਆ ਤੇ ਆਪਣੀਆਂ ਮੰਗਾਂ ਮਨਾ ਕੇ ਉੱਠੇ ਵੀ ਤੁਸੀਂ ਬੈਠੇ ਮੋਰਚਾ ਲਗਾ ਕੇ 1 ਮਹੀਨੇ ਬਾਅਦ ਕੀ ਲੈ ਕੇ ਉੱਥੇ ਉਠੇ ਕੁਝ ਲੈ ਕੇ ਉੱਠੇ ਤੇ ਮੈਂ ਕਿਹਾ ਸੀ ਕਿ ਇਹ ਅਵੇਅਰਨੈਸ ਕੈਂਪ ਹੈ ਤੇ ਅਪਤਾਰ ਸਿੰਘ ਨੂੰ ਮੈਂ ਕਿਹਾ ਸੀ ਕਿ ਤੁਸੀਂ ਸਿਆਸਤ ਕਰਦੇ ਹੋ ਔਰ ਇਹ ਆਪਣੀ ਗਵਾਚੀ ਹੋਈ ਜਿਹੜੀ ਜ਼ਮੀਨ ਹੈ ਉਹਨੂੰ ਕਿਤੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ ਸਦਾਰ ਅਪਤਾਰ ਸਿੰਘ ਨੇ ਇੱਕ ਵੀਡੀਓ ਕੱਢ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੌਜੂਦਾ ਪ੍ਰਧਾਨ ਹੈ ਸਦਾਰ ਹਰਮੀਤ ਸਿੰਘ ਕਾਲਕਾ ਇਹਨਾਂ ਦੇ ਉੱਤੇ ਗੰਭੀਰ ਦੋਸ਼ ਲਗਾਏ ਕੀ ਪ੍ਰਧਾਨ ਸਾਹਿਬ ਤੁਸੀਂ ਸਰਕਾਰ ਦੇ ਝੋਲੀ ਚੁੱਕੋ ਤੁਸੀਂ ਸਰਕਾਰ ਦੇ ਪਿੱਠੂ ਹੋ ਤੁਸੀਂ ਸਿੱਖਾਂ ਨੂੰ ਗੁਲਾਮ ਬਣਾ ਲਿਆ ਚੇਅਰਮੈਨੀਆਂ ਦੇ ਕੇ ਗੁਲਾਮ ਬਣਾ ਲਿਆ ਤੇ ਉਹਨਾਂ ਨੇ ਜਿਹੜੇ ਚੇਅਰਮੈਨ ਬਣਿਆ ਉਹਨਾਂ ਨੂੰ ਅਪੀਲ ਕੀਤੀ ਕਿ ਮੈਂ ਉਹਨਾਂ ਸਿੱਖ ਵੀਰਾਂ ਨੂੰ ਅਪੀਲ ਕਰਨਾ ਚਾਹੁੰਦਾ ਕਿ ਜਿਹੜੇ ਚੇਅਰਮੈਨ ਦੇ ਲਾਲਚ ਇਹਨਾਂ ਦੀ ਗੁਲਾਮੀ ਕਰ ਰਿਹਾ ਕਿ ਉਹਦੇ ਲੈ ਕੇ ਉਹਦੇ ਲੈ ਕੇ ਕੰਮ ਨਹੀਂ ਹੁੰਦੇ ਬਿਨਾ ਉਹਦਿਆਂ ਤੋਂ ਵੀ ਕੰਮ ਹੁੰਦੇ ਆ ਮੈਂ ਉਹਦੇ ਚ ਜਵਾਬ ਚ ਇਹ ਕਿਹਾ ਸੀ ਕਿ ਸਿੰਘ ਸਾਹਿਬ ਵੀ ਤੁਸੀਂ ਕਹਿੰਦੇ ਹੋ ਕਿ ਉਹਦੇ ਲੈ ਕੇ ਕੰਮ ਨਹੀਂ ਹੁੰਦੇ ਅੱਜ ਤੁਹਾਨੂੰ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਯਾਦ ਆਈ ਹੈ ਜਦੋਂ ਤੁਸੀਂ 5 ਸਾਲ ਐਮਐਲਏ ਸੀ ਉਸ ਵੇਲੇ ਤੁਸੀਂ ਕੀ ਕੀਤਾ ਤੁਸੀਂ ਕਿੰਨੀ ਵਾਰ ਬੰਦੀ ਸਿੰਘਾਂ ਦੀ ਰਿਹਾਈ ਦਾ ਜਿਹੜਾ ਮਸਲਾ ਹੈ ਇਹ ਦਿੱਲੀ ਵਿਧਾਨ ਸਭਾ ਚ ਦੱਸਿਆ ਚੁੱਕਿਆ ਇਹ ਦੱਸੋ ਤੁਸੀਂ 1984 ਦਾ ਕਦੀ ਮੁੱਦਾ ਜਿਹੜਾ ਹੈ ਕਤਲੇਆਮ ਦਾ ਜਿਹੜਾ ਦੋਸ਼ੀਆਂ ਨੂੰ ਸਯਾਦ ਦੇਣ ਦਾ ਕਿੰਨੀ ਵਾਰ ਤੁਸੀਂ ਦਿੱਲੀ ਸਰਕਾਰ ਦੇ ਅੱਗੇ ਦੱਸ ਚੁੱਕਿਆ ਦੱਸੋ ਤੁਸੀਂ ਗੁਰਤੇਗ ਬਹਾਦਰ ਸਾਹਿਬ ਦੀ ਛੁੱਟੀ ਕਰਾਉਣ ਲਈ ਉਹ ਜਦੋਂ ਕੇਜਰੀਵਾਲ ਸਰਕਾਰ ਨੇ ਛੁੱਟੀ ਸੈਂਕਸ਼ਨ ਨਹੀਂ ਕੀਤੀ ਤਰੀਕ ਹੀ ਅੱਗੇ ਪਿੱਛੇ ਕਰਨੀ ਸੀ ਇੱਕ ਲੰਮਾ ਮਸਲਾ ਹੈ ਤੇ ਤੁਸੀਂ ਕੀ ਵਿਰੋਧ ਜਤਾਇਆ ਕਿ ਉਸ ਵੇਲੇ ਤੁਸੀਂ ਵੀ ਤਾਂ ਕੁਰਸੀ ਦੇ ਕਰਕੇ ਚੁੱਪ ਰਹੇ ਮੈਨੂੰ ਯਾਦ ਹੈ ਸਰਦਾਰ ਕਰਤਾਰ ਸਿੰਘ ਕੋਛੜ ਦੇ ਘਰ ਇੱਕ ਮੀਟਿੰਗ ਹੋਈ ਸੀ ਤੇ ਜਥੇਦਾਰ ਹਵਾਰਾ ਦੇ ਨਜ਼ਦੀਕ ਸਾਥੀ ਇੱਕ ਵਾਰ ਚਲੇ ਗਏ ਨੇ ਉਹਨਾਂ ਦੇ ਸਿੰਘਾਂ ਨੇ ਗੱਲ ਕੀਤੀ ਸੀ ਕਿ ਜਥੇਦਾਰ ਹਵਾਰਾ ਦੀ ਜਿਹੜੀ ਹੈ ਉਹ ਸੇ ਠੀਕ ਨਹੀਂ ਹੈ ਉਹ ਛੋਟੀ ਕੋਠੜੀ ਜਿ ਰੱਖਿਆ ਗਿਆ ਉਹਨਾਂ ਦੀ ਕਮਰ 'ਚ ਬੜੀ ਦਰਦ ਹੈ ਤੇ ਤੁਸੀਂ ਕੇਜਰੀਵਾਲ ਸਰਕਾਰ ਨੂੰ ਕਹਿ ਕੇ ਇੱਕ ਤਾਂ ਉਹਨਾਂ ਦੀ ਕੋਠੜੀ ਚੇਂਜ ਕਰਵਾ ਦਿਓ ਤੇ ਇੱਕ ਜਿਹੜਾ ਹੈ ਉਹਨਾਂ ਦਾ ਇਲਾਜ ਜਿਹੜਾ ਹੈ ਜਿੱਥੋਂ ਚੱਲਦਾ ਉਹ ਛੱਡ ਕੇ ਏਮਸ ਤੋਂ ਕਰਵਾ ਦਿਓ ਤੇ ਭਾਈ ਸਾਹਿਬ ਨੇ ਮੇਰੇ ਸਾਹਮਣੇ ਕਮਿਟਮੈਂਟ ਕੀਤੀ ਸੀ ਉਹਨਾਂ ਨੇ ਸਿੰਘਾਂ ਨੂੰ ਕਿ ਮੈਂ ਤੁਹਾਡੀ ਸੀਐਮ ਦੇ ਨਾਲ ਅਰਵਿੰਦ ਕੇਜਰੀਵਾਲ ਜਿਹੜੇ ਮਾਨਯੋਗ ਮੁੱਖ ਮੰਤਰੀ ਸਨ ਵੀ ਉਹਨਾਂ ਨਾਲ ਮੁਲਾਕਾਤ ਕਰਾਵਾਂਗੇ ਇਹ ਵਾਦਾ ਕਰਕੇ ਨਿਕਲੇ ਪਰ ਗੱਡੀ 'ਚ ਬੈਠੇ ਜਦੋਂ ਸਾਡੇ ਨਾਲ ਤੇ ਉਹਦਾ ਉਹਨਾਂ ਨੇ ਜਿਹੜੇ ਸ਼ਬਦ ਬੋਲੇ ਸੀ ਕਿ ਮੈਂ ਪਾਗਲ ਥੁੜੀਆਂ ਮੈਂ ਉਹਨਾਂ ਨਾਲ ਗੱਲ ਕਰਾਂ ਵੀ ਉਹ ਕਹਿਣ ਵੀ ਤੇਰੇ ਇਹਨਾਂ ਇਹਨਾਂ ਦੇ ਇਹੋ ਜਿਹੇ ਬੰਦਿਆਂ ਨਾਲ ਸਬੰਧ ਹੈ ਤੇਰੇ ਉਸ ਵੇਲੇ ਬੰਦੀ ਸਿੰਘ ਨਹੀਂ ਆਏ ਜਦੋਂ ਤੁਹਾਡੀ ਸਿਆਸੀ ਜ਼ਮੀਨ ਗਵਾਚ ਗਈ ਉਦੋਂ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਰਦੇ ਹੋ ਹਲੇ ਥੋੜੇ ਦਿਨ ਪਹਿਲਾਂ ਤੁਸੀਂ 84 ਦੀ ਗੱਲ ਕੀਤੀ ਹੈ ਕਿ 84 ਦੀ ਗੱਲ ਨਹੀਂ ਕਰ ਸਕਦੇ ਦਿੱਲੀ ਕਮੇਟੀ ਵਾਲੇ ਅੱਜ ਤੁਸੀਂ ਕਾਂਗਰਸ ਤੋਂ ਟਿਕਟ ਲੈ ਲਈ ਹੈ ਅਰੇ ਥੋੜੇ ਦਿਨ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਭਾਈ ਮਨਪ੍ਰੀਤ ਸਿੰਘ ਕਾਨਪੁਰੀ ਨੇ ਕਾਂਗਰਸੀ ਲੀਡਰ ਕਮਲਨਾਥ ਨੂੰ ਇੰਦੋਰ ਦੀ ਸਟੇਜ ਤੋਂ ਸਨਮਾਨਿਤ ਕਰਨ ਦੇ ਉੱਤੇ ਕਿੰਨਾ ਕੜਾ ਵਿਰੋਧ ਜਤਾਇਆ ਇੱਕ ਪੁਰਾਤਨ ਸਿੰਘਾਂ ਦੀ ਜਿਹੜੀ ਹੈ ਇੱਕ ਯਾਦ ਉਹਨਾਂ ਨੇ ਤਾਜ਼ੀ ਕੀਤੀ ਹੈ ਕਿ ਸਿੰਘ ਅਜੇ ਵੀ ਜੂਸ ਦੇ ਸੱਚ ਨੂੰ ਸੱਚ ਕਹਿਣ ਦਾ ਜਿਹੜਾ ਜज्ਵਾ ਰੱਖਦੇ ਹੈ ਕਿਉਂ ਸੱਚ ਕੌੜਾ ਹੁੰਦਾ ਹੈ ਬਾਬਾ ਬੁੱਲੇ ਸ਼ਾਹ ਨੇ ਕਿਹਾ ਸੱਚ ਅੱਖਾਂ ਦਾ ਪੰਬੜ ਮੱਚਦਾ ਹੈ ਪੰਬੜ ਮੱਚਿਆ ਤੇ ਜਗਦੀਸ਼ ਟੇਟਲਰ ਨੂੰ ਜਦੋਂ ਦਿੱਲੀ ਦੀ ਐਮਸੀਡੀ ਇਲੈਕਸ਼ਨ ਕਮੇਟੀ ਚ ਪਾਇਆ ਉਦੋਂ ਸਾਰਿਆਂ ਨੇ ਵਿਰੋਧ ਕੀਤਾ ਕਿ ਇਹਨੂੰ ਕਮੇਟੀ ਜੁਗੇ ਪਾਇਆ ਤੇ ਸਾਰਾ ਅਵਤਾਰ ਸਿੰਘ ਨੂੰ ਆਪ ਸੋਚਣਾ ਚਾਹੀਦਾ ਸੀ ਕਿ ਮੈਂ ਸਿਆਸੀ ਸਿੱਖ ਕੈਦੀ ਬੰਦੀ ਰਿਹਾਈ ਮੋਰਚਾ ਦਿੱਲੀ ਦਾ ਕਨਵੀਨਰ ਹਾਂ ਮੈਨੂੰ ਜਥੇਦਾਰ ਅਵਤਾਰ ਜਗਤਾਰ ਸਿੰਘ ਹਵਾਰਾ ਨੇ ਕੁਝ ਆਸਾਂ ਉਮੀਦਾਂ ਕੁਝ ਸ਼ਬੀ ਦੇਖ ਕੇ ਮੈਨੂੰ ਇਹ ਜ਼ਿੰਮੇਵਾਰੀ ਦਿੱਤੀ ਹੋਏਗੀ ਤੇ ਮੈਂ ਉਸੇ ਕਾਤਲ ਪਾਰਟੀ ਦੀ ਟਿਕਟ ਲੈ ਰਿਆ ਜਿਹਦੇ ਰਾਜ ਵਿੱਚ ਬੰਦੀ ਸਿੰਘ ਕੈਦੀ ਹੋਏ ਜੇਲਾਂਗੇ ਜਿਨ੍ਹਾਂ ਦੇ ਜ਼ਬਰ ਤੋਂ ਜ਼ੁਲਮ ਤੋਂ ਤੰਗ ਆ ਕੇ ਇਹਨਾਂ ਨੇ ਧਰਮਯੋਧਵਲ ਨੂੰ ਚੱਲੇ ਤੇ ਅੱਜ ਜੇਲਾਂ ਕੱਢ ਰਿਹਾ ਤੁਸੀਂ ਆਪਣੀ ਰਾਜਨੀਤਿਕ ਕੁਰਸੀ ਵਾਸਤੇ ਇਸ ਬੰਦੀ ਸਿੰਘ ਅੱਜ ਬਜ਼ਾਪਤ ਅਪਤਾਰ ਸਿੰਘ ਨੂੰ ਪੁੱਛੋ ਤੁਸੀਂ ਪੁੱਛੋ ਕਿ ਤੁਸੀਂ ਹਰ ਐਤਵਾਰ ਮੈਟਰੋ ਸਟੇਸ਼ਨ ਤੇ ਖੜੇ ਹੁੰਦੇ ਸੀ ਨਗਰ ਕੀਰਤਨ ਜਗੰਦੇ ਸੰਗਤ ਨੂੰ ਵੇਅਰ ਕਰਾਂਗੇ ਅੱਜ ਕਿੱਥੇ ਗਏ ਉਹ ਐਤਵਾਰ ਅੱਜ ਕਿੱਥੇ ਗਏ ਬੰਦੀ ਸਿੰਘ ਕਿਉਂ ਟਿਕਟ ਮਿਲ ਗਈ ਲਾਲਸਾ ਕੁਰਸੀ ਦੀ ਇਹ ਦੂਜੇ ਨੂੰ ਕਹਿਣਾ ਬੜਾ ਸੋਖਾ ਹੈ ਕਿ ਕਈ ਕੁਰਸੀ ਤੇ ਰਹਿ ਕੇ ਕੰਮ ਨਹੀਂ ਹੁੰਦੇ ਪਰ ਆਪ ਜਿਹੜਾ ਹੈ ਹਟਣਾ ਬੜਾ ਔਖਾ ਹੈ ਬੰਦੀ ਸਿੰਘ ਜੀ ਤੁਹਾਡੀ ਕੱਲ ਜਾਇਜ਼ ਹੈਗੀ ਇਹ ਬੰਦੀ ਸਿੰਘ ਰਿਹਾਈ ਮੋਰਚੇ ਦੀ ਜਿਹੜੀ ਟੀਮ ਹੈਗੀ ਸੀ ਉਹਦੇ ਸਿ ਮੁਖ ਬੁਲਾਰੇ ਦੀ ਗੱਲ ਕਰੀਏ ਡਾਕਟਰ ਪਰਮਿੰਦਰਪਾਲ ਸਿੰਘ ਜਿਹੜੇ ਮੁਖ ਮੈਂਬਰ ਵੀ ਰਹੇ ਹੈਗੇ ਨੇ ਔਰ ਮੀਡੀਆ ਦੇ ਬੁਲਾਰੇ ਵੀ ਰਹੇ ਨੇ ਉਹਨਾਂ ਨੇ ਅੱਜ ਤੋਂ ਕੁਝ ਦਿਨ ਪਹਿਲੇ ਸੋਸ਼ਲ ਮੀਡੀਆ ਦੇ ਉੱਤੇ ਵੀਡੀਓ ਪਾਈ ਹੈਗੀ ਕਿ ਅਸੀਂ ਅਪੀਲ ਕਰਦੇ ਹੈਗੇ ਆ ਪਈ ਜਥੇਦਾਰ ਭਾਈ ਜਤਾਰ ਸਿੰਘ ਹਵਾਰਾ ਜੀ ਨੂੰ ਕਿ ਜਿਹੜੀ ਮੌਜੂਦਾ ਸਾਡੀ ਕਮੇਟੀ ਬਣਾਈ ਹੋਈ ਏ ਜਿਹੜੀ ਜਥੇਦਾਰ ਸਾਹਿਬ ਨੇ ਬਣਾਈ ਸੀ ਉਹਨੂੰ ਭੰਗ ਕਰ ਦਿੱਤਾ ਜਾਵੇ ਕਿਉਂਕਿ ਸਾਡੇ ਇੱਕ ਜਿਹੜੇ ਕਨਵੀਨਰ ਹੈਗੇ ਨੇ ਆਪਣੇ ਬੇਟੇ ਦੇ ਇਲੈਕਸ਼ਨਾਂ 'ਚ ਰੁਝੀ ਨੇ ਤੇ ਸਾਡੇ ਜਿਹੜੇ ਪ੍ਰਧਾਨ ਹੈਗੇ ਨੇ ਸਚਮਨ ਸਿੰਘ ਖਾਲਸਾ ਦੀ ਗੱਲ ਕੀਤੀ ਕਿ ਉਹ ਇੰਡੀਆ ਤੋਂ ਬਾਹਰ ਹੈਗੇ ਨੇ ਤੇ ਅਸੀਂ ਆਪਣੀ ਉਸ ਜ਼ਿੰਮੇਵਾਰੀ ਨੂੰ ਨਹੀਂ ਨਿਭਾ پا ਰਹੇ ਤੋਂ ਉਸ ਟਾਂਚੇ ਨੂੰ ਭੰਗ ਕਰ ਦਿੱਤਾ ਜਾਵੇ ਕੀ ਤੁਹਾਨੂੰ ਲੱਗਦਾ ਕਿ ਉਹ ਢਾਂਚਾ ਪਾਗ ਕਰਨ ਦੇ ਨਾਲ ਜਿਹੜੇ aarop ਤੁਸੀਂ ਲਗਾ ਰਹੇ ਆ aarop ਕੀ ਗੱਲ ਕਰੀਏ ਕਿ ਜਿਵੇਂ ਅਵਤਾਰ ਸਿੰਘ ਨੇ ਆਪਣੇ ਬੇਟੇ ਦੇ ਇਲੈਕਸ਼ਨ ਲਈ ਕਾਂਗਰਸ ਦੀ ਸੀਟ ਲਈ ਤੀ ਹੈਗੀ ਉਹਦੇ ਨਾਲ ਬੰਦੀ ਸਿੰਘ ਰਾਜ ਮੋਰਚੇ ਦੇ ਉੱਤੇ ਕੋਈ ਫਰਕ ਪਵੇਗਾ ਦੇਖੋ ਜੀ ਇਹਦਾ ਫਰਕ ਤਾਂ ਬੜਾ ਪੈਂਦਾ ਜਦੋਂ ਇਹਨਾਂ ਨੇ ਆਪਣੇ ਬੇਟੇ ਵਾਸਤੇ ਕਾਂਗਰਸ ਦੀ ਟਿਕਟ ਲਈ ਤੇ ਸਮੁੱਚੇ ਪੰਥ ਨੂੰ ਜਿਹੜੇ ਆ ਨਾ ਉਹਨਾਂ ਦੇ ਹਿਰਦੇ ਬਲੁੰਦ ਰਹੇਗੇ ਕਿ ਜਿਹੜਾ ਚਿਹਰਾ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਚਿਹਰਾ ਮੋਰ ਅਵਤਾਰ ਸਿੰਘ ਨੂੰ ਸੋਹਣਾ ਜਿਹੜਾ ਚਿਹਰਾ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਿਹਾ ਹੈ ਅੱਜ ਮੌਕਾ ਮਿਲਦਾ ਹੀ ਜਿਹੜਾ ਉਹ ਕਾਂਗਰਸ ਦੀ ਗੱਡੀ ਤੇ ਚੜ ਗਿਆ ਔਰ ਜਗਦੀਸ਼ ਸਟੇਲਰ ਦੇ ਅੱਗੇ ਉਹ ਖੜੇ ਹੋ ਗਏ ਮੈਂ ਤਾਂ ਖੜੇ ਹੋਣੇ ਕਹਾਂਗਾ ਕਿਉਂਕਿ ਜਿਸ ਕਮੇਟੀ 'ਚ ਉਹ ਹੈਗੇ ਭਾਵੇਂ ਕਿ ਕਿੱਥੋਂ ਵੀ ਲਈ ਹੈ ਠੀਕ ਹੈ ਜੀ ਉੱਥੇ ਚੜ ਗਏ ਹੁਣ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਬਈ ਡਾਕਟਰ ਪਰਮਿੰਦਰਪਾਲ ਦੀ ਬੀਤੇ ਦਿਨੀ ਉਹਨਾਂ ਨੇ ਕੋਈ ਪੋਸਟ ਪਾਈ ਤੇ ਮੈਂ ਉਹਨਾਂ ਨੂੰ ਇੱਕ ਪਰਸਨਲ ਚੈਟ ਤੇ ਉਹਨਾਂ ਨੂੰ ਲਿਖਿਆ ਕਿ ਵੀਰ ਜੀ ਤੁਸੀਂ ਬੀਜੇਪੀ ਦੀ ਗੱਲ ਕਰਦੇ ਹੋ ਕਿ ਤੁਹਾਡੇ ਜਿਹੜੇ ਆਪਣੇ ਕਨਵੀਨਰ ਹੈ ਇਹ ਕਾਂਗਰਸ ਦੇ ਰੱਤੇ ਸਵਾਰ ਨੇ ਇਹਨਾਂ ਬਾਰੇ ਕੁਝ ਰੋਸ਼ਨੀ ਪਾਓ ਤੇ ਮੈਨੂੰ ਲਿਖਤੀ ਤੌਰ ਤੇ ਡਾਕਟਰ ਪ੍ਰਮਿੰਦਰ ਸਿੰਘ ਨੇ ਜਵਾਬ ਦਿੱਤਾ ਹੈ ਕਿ ਉਹ ਮੋਰਚਾ ਜਿਹੜਾ ਹੈ ਜਥੇਦਾਰ ਅਵਤਾਰ ਜਗਤਾਰ ਸਿੰਘ ਹਵਾਰਾ ਨੇ ਪੰਕ ਕਰ ਦਿੱਤਾ ਜਿਹੜੀ ਇਹਨਾਂ ਨੇ ਉਹਨਾਂ ਨੂੰ ਪੇਸ਼ ਕਿ ਕੀਤੀ ਸੀ ਇਹਨਾਂ ਨੂੰ ਇੱਕ ਪ੍ਰੋਪੋਜ਼ਲ ਭੇਜਿਆ ਸੀ ਇਹ ਉਹਨਾਂ ਜੋ ਇਹ ਕਿਹਾ ਸੀ ਕਿ ਦੋ ਬੰਦੇ ਹਟਾ ਕੇ ਨਵਾਂ ਜਥੇਬੰਦਕ ਢਾਂਚਾ ਬਣਾਏ ਨਵੇਂ ਜਥੇਬੰਦਕ ਢਾਂਚਾ ਬਣਾਇਆ ਜਾਵੇ ਉਹਦੇ ਨਾਲ ਪਰਮਿੰਦਰਪਾਲ ਸਿੰਘ ਨੇ ਆਪਣੀ ਵੀਡੀਓ 'ਚ ਇਹ ਵੀ ਕਿਹਾ ਕਿ 1984 ਦੇ ਵਿੱਚ ਜਿਹੜਾ ਕਾਂਗਰਸ ਨੇ ਕੀਤਾ ਜਿਹੜੇ ਅਜ ਸਿੰਘ ਬੰਦੀ ਸਿੰਘ ਜ਼ਿਲ੍ਹੇ 'ਚ ਨੇ ਉਹ ਕਾਂਗਰਸ ਸਰਕਾਰ ਦੇ ਟਾਈਮ ਤੋਂ ਹੀ ਬੰਦ ਨੇ ਤੇ ਕਿਤੇ ਨਾ ਕਿਤੇ ਇਸ ਜਥੇਬੰਦੀ ਜਿਹੜੀ ਬਣੀ ਸੀ ਰਿਹਾਈ ਮੋਰਚਾ ਬਣਿਆ ਸੀ ਬੰਦੀ ਰਿਹਾਈ ਮੋਰਚਾ ਉਦੀ ਜਿਹੜੀ ਹੈ ਸਨਮਾਨ ਨੂੰ 60 ਵਜਈ ਹੈ ਔਰ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਮਨ ਨੂੰ ਵੀ ਜਰੂਰ 60 ਵਜਈ ਹੋਏਗੀ ਕਿ ਮੈਂ ਕਿਸ ਬੰਦੇ ਨੂੰ ਅਹਿਮ ਜ਼ਿੰਮੇਵਾਰੀ ਦੇ ਬਿਠਾ ਜਿਹੜੇ ਕਿ ਮਤਲਬ ਮੌਕਾ ਪੈਂਦਾ ਹੀ ਆਪਣਾ ਇਸ ਸੀਟ ਤੋਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਕੇ ਆਪਣੀ ਇੱਕ ਛੋਟੀ ਜੀ ਪੋਸਟ ਕਾਉਂਸਲਰ ਵੱਲ ਨੂੰ ਤੁਰ ਪਿਆ ਅਦੀਤ ਸਿੰਘ ਜੀ ਚਾਰ-ਪੰਜ ਦਿਨ ਰਹਿ ਗਏ ਨੇ ਐਮਸੀਡੀ ਦੇ ਇਲੈਕਸ਼ਨਸ ਨੂੰ ਬੰਦੀ ਸਿੰਘ ਰਾਇ ਮਸਲਾ ਖਾਲੀ ਇੱਕ ਹੈ ਕਿ ਇੱਕ ਅਵਤਾਰ ਸਿੰਘ ਕਾਲਕਾ ਦਾ ਨਹੀਂ ਮਾਫ ਕਰਨਾ ਤੁਹਾਡਾ ਹੈ ਮੇਰਾ ਨਹੀਂ ਹੈ ਪੂਰੀ ਕੌਮ ਦਾ ਹੈ ਕਿਉਂਕਿ ਬੰਦੀ ਸਿੰਘ ਉਹਨੇ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਕੌਮ ਦੇ ਲੇਖੇ ਲਾ ਦਿੱਤੀ ਤੁਹਾਨੂੰ ਕੀ ਲੱਗਦਾ ਹੈ ਦਿੱਲੀ ਦੀ ਸੰਗਤ ਕਿਹਨਾਂ ਨੂੰ ਵੋਟ ਪਾਏਗੀ ਮੇਰਾ ਸਿੱਧਾ ਸਿੱਧਾ ਸਵਾਲ ਹੈ ਸ਼ਰਮਣ ਅਕਾਲੀ ਦਲ ਦਿੱਲੀ ਸਟੇਟ ਸਾਹਰਮੀ ਸਿੰਘ ਕਾਲਕਦੀ ਪਾਰਟੀ ਜਿਸ ਪਾਰਟੀ ਜਿਸ ਕਮੇਟੀ ਦੇ ਅੰਦਰ ਤੁਸੀਂ ਵੀ ਸੇਵਾ ਨਿਭਾਰੇ ਆ ਗਿਓ ਉਹਨਾਂ ਨੇ ਖੁੱਲ ਕੇ ਭਾਜਪੀ ਦੇ ਵੋਟ ਪਾਣ ਦੀ ਅਪੀਲ ਕੀਤੀ ਹੈਗੀ ਹੈ ਦੂਜੀ ਧਿਰ ਦੀ ਗੱਲ ਕਰਨੇ ਸ਼ਰਮਣ ਅਕਾਲੀ ਦਲ ਬਦਲ ਜਿਹਦੇ ਦਿੱਲੀ ਦੇ ਪ੍ਰਧਾਨ ਸਾਹ ਪੰਜੀਤ ਸਿੰਘ ਸਰਨਾ ਨੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਜਿਹੜੀ ਪਾਰਟੀ ਬੰਦੀ ਸਿੰਘਾਂ ਦੀ ਗੱਲ ਕਰੇ ਕਿ ਸੰਗਤ ਉਹਨੂੰ ਵੋਟ ਪਾਏ ਤੁਹਾਨੂੰ ਕੀ ਲੱਗਦਾ ਹੈ ਕਿਹਨੂੰ ਵੋਟ ਪਾਉਣਾ ਚਾਹੀਦਾ ਦੇਖੋ ਇਹ ਗੱਲ ਤਾਂ ਠੀਕ ਹੈ ਇੱਕ ਢਾਡੀ ਸਿੰਘ ਵਾਰ ਪੜ ਰਿਹਾ ਸੀ ਕਿ ਹੱਕ ਮੰਗਿਆ ਨਹੀਂ ਮਿਲਦੇ ਸਿੰਘੋ ਖੋਏ ਜਾਂਦੇ ਹੱਕ ਤਾਂ ਸਾਨੂੰ ਸਰਕਾਰਾਂ ਤੋਂ ਲੈਣੇ ਪੈਣੇ ਆ ਪਰ ਸਰਕਾਰ ਤੋਂ ਹੱਕ ਲੈਣ ਲਈ ਸਰਕਾਰ ਦੇ ਨਾਲ ਗੱਲ ਕਰਨੀ ਪੈਣੀ ਹੈ ਸਰਕਾਰ ਦੇ ਨਾਲ ਗੱਲ ਕਰਨੀ ਪੈਗੀ ਜੇ ਸਰਕਾਰ ਦੇ ਨਾਲ ਰਾਬਤਾ ਕਾਇਮ ਕਰਾਂਗੇ ਇਸ ਵੇਲੇ ਹਕੂਮਤ ਦੇ ਵਿੱਚ ਬੀਜੇਪੀ ਸਰਕਾਰ ਬੈਠੀ ਹੈ ਤੇ ਜੇ ਅਸੀਂ ਉਹਨਾਂ ਤੋਂ ਗੱਲ ਕਰਨੀ ਹੈ ਤੇ ਉਹਨਾਂ ਨਾਲ ਰਾਬਤਾ ਕਾਇਮ ਕਰਕੇ ਜੇ ਅਸੀਂ ਉਹਨਾਂ ਦੇ ਨਾਲ ਖੜੇ ਹੋਵਾਂਗੇ ਉਹਨਾਂ ਨੂੰ ਸਹਿਯੋਗ ਦੇਾਂਗੇ ਤੇ ਅਸੀਂ ਇਹ ਆਸ ਕਰਾਂਗੇ ਕਿ ਉਹ ਵੀ ਸਾਡੀ ਜਿਹੜੀ ਇਹ ਗੱਲ ਸੁਣਨਗੇ ਨਹੀਂ ਗੱਲ ਸੁਣਨਗੇ ਤੇ ਅਗਲੀ ਵਾਰ ਜਿਹੜਾ ਕੋਈ ਰਸਤਾ ਲੱਭਿਆ ਜਾ ਸਕਦਾ ਬਿਲਕੁਲ ਸੰਗਤ ਜੀ ਅਗਲੇ 4-5 ਦਿਨਾਂ ਚ ਅਸੀਂ ਕੋਸ਼ਿਸ਼ ਕਰਾਂਗੇ ਚਾਹੇ ਸਰ ਪਰਮਿੰਦਰ ਪਾਲ ਸਿੰਘ ਦੀ ਗੱਲ ਕਰ ਲਈਏ ਸਰ ਪਰਮਜੀਤ ਸਿੰਘ ਸਰਨਾ ਦੀ ਗੱਲ ਕਰੀਏ ਉਤਾਰ ਸਿੰਘ ਕਲਕਾ ਦੀ ਗੱਲ ਕਰੀਏ ਅਸੀਂ ਇਸ ਵਾਰ ਉਹਨਾਂ ਤੋਂ ਵੀ ਪੁੱਛਾਂਗੇ ਕਿ ਬੰਦੀ ਸਿੰਘਾਂ ਦਾ ਮਸਲਾ ਜਿਨ੍ਹਾਂ ਦੀ ਉਹ ਗੱਲ ਕਰ ਰਹੇ ਨੇ ਜਿਨ੍ਹਾਂ ਦਾ ਹੋਕਾਉ ਦੇ ਰਹੇ ਨੇ ਜਿਹੜੇ ਵੋਟ ਮੰਗਣ ਦੀ ਗੱਲ ਕਰ ਰਹੇ ਹੈਗੇ ਨੇ ਉਹ ਆਪਣਾ ਪਰਸਨਲ ਥਿਊ ਇਸ ਮਸਲੇ ਦੇ ਉੱਤੇ ਸਾਡੇ ਚੈਨਲ ਨੂੰ ਕੀ ਦਿੰਦੇ ਨੇ ਕਿਉਂਕਿ ਮੈਂ ਫਿਰ ਸਭ ਤੋਂ ਆਖਰੀ ਚ ਅਲਫਾਜ਼ ਵਰਤਾ ਬੰਦੀ ਸਿੰਘ ਕਿਸੇ ਇੱਕ ਪਾਰਟੀ ਕਿਸੇ ਇੱਕ ਤਿਰਦੇ ਨੁਮਾਇੰਦੇ ਨਹੀਂ ਹੈਗੇ ਬੰਦੀ ਸਿੰਘ ਕੌਮ ਦੀ ਅਮਾਨਤ ਹੈਗੇ ਨੇ ਜਿਨ੍ਹਾਂ ਦੀ ਰਿਹਾਈ ਦੇ ਲਈ ਖਾਲੀ ਇਸ ਮੁਲਕ ਦੇ ਗੱਲ ਨਾ ਕਰੀ ਜਿਹੜਾ ਵੀ ਪੰਥ ਦਰਤੀ ਸਿੱਖ ਹੈਗਾ ਉਹ ਚਾਹੁੰਦਾ ਹੈਗਾ ਬੰਦੀ ਸਿੰਘ ਰਿਹਾਂ ਹੋਣ ਚਾਹੀਦੇ ਨੇ ਹੱਤੋਂ ਕੁਝ ਸਮੇਂ ਪਹਿਲੇ ਸਾਰਮ ਸਿੰਘ ਕਾਲ ਕਦਰ ਜਦੋਂ ਅਸੀਂ ਇੰਟਰਵਿਊ ਕੀਤਾ ਸੀ ਤੋਂ ਉਹਨਾਂ ਨੇ ਸਪੈਸ਼ਲੀ ਇਸ ਗੱਲ ਨੂੰ ਦੋ ਤਿੰਨ ਵਾਰ ਹੋਰ ਮੀਡੀਆ ਦੇ ਚੈਨਲਸ ਤੇ ਵੀ ਕਿਹਾ ਤੇ ਸਾਡੇ ਚੈਨਲ ਦੇ ਉੱਤੇ ਵੀ ਕਲੀਅਰ ਕੀਤਾ ਹੈਗਾ ਸੀ ਜਿਸ ਸਿਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਾਲ ਕਿਲੇ ਦੇ ਉੱਤੇ ਆਏ ਸਨ ਗੁਰਤੇਗ ਬਾਦਲ ਸਾਹਿਬ ਉਹ ਖਾਸ ਕਰਕੇ ਕਹੀਏ ਆਪਾਂ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਹੈਗਾ ਸੀ ਲਾਲ ਕਿਲੇ ਦੇ ਉਸ ਦਿਨ ਬੰਦੀ ਸਿੰਘਾਂ ਨੂੰ ਰਿਹਾਈ ਮਿਲ ਜਾਣੀ ਸੀ ਮਗਰ ਕੁਝ ਆਪਣੇ ਹੀ ਸ਼ਰਮਣੇ ਕਾਲੀਦਲ ਅਸੀਂ ਦੇ ਤੌਰ ਦੇ ਉਤੇ ਮੈਂ ਕਹਾਂ ਸੁਖਵੀਰ ਬਾਦਲ ਦੀ ਗੱਲ ਕੀਤੀ ਗਈ ਕਿ ਉਹਨਾਂ ਨੇ ਕਿੱਥੇ ਨਾ ਕਿਤੇ ਟੰਗ ਲਾ ਦਿੱਤੀ ਤੇ ਬੰਦੇ ਸਿੰਘ ਰਿਹਾਂ ਨਹੀਂ ਹੋ ਪਏ ਇਹ ਕੋਮ ਦੀ ਬਦਕਿਸਮਤੀ ਹੈ ਕਿ ਸਾਡੇ ਸਿੱਖ ਲੀਡਰ ਆਪਣੀ ਨਸਲ ਰਾਜਨੀਤੀ ਦੇ ਤਰਕ ਦੇ ਵਿਚਾਰ ਇਨੇ ਗੰਭੀਰ ਮਸਲਿਆਂ ਦੇ ਉੱਤੇ ਜਾਂ ਤੇ ਚਿੰਤਕ ਨੇ ਇਹਨੇ ਜਾਂ ਚਿੰਤਕ ਨੇ ਤੇ ਸ਼ਾਇਦ ਆਪਸ ਵਿੱਚ ਲੜਾਈ ਦਾ ਫਾਇਦਾ ਸਰਕਾਰਾਂ ਵੀ ਚੁੱਕ ਰਹੀਆਂ ਨੇ ਤੇ ਸਾਡੇ ਵੈਰੀ ਵੀ ਚੁੱਕ ਰਹੇ ਨੇ ਆਉਣ ਵਾਲੇ ਸਮੇਂ ਵਿੱਚ ਬੰਦੀ ਸਿੰਘ ਦੇ ਹਾਈ ਮੋਰਚੇ ਦੀ ਅਗਲੀ ਅਪਡੇਟ ਲੈ ਕੇ ਦੁਬਾਰਾ ਹਾਜ਼ਰ ਹੋਵਾਂਗੇ ਲਿਆਨੇ ਸਦਾ ਹਰਦੀਪ ਸਿੰਘ ਤੋਂ ਜਗਤ ਹਦੀਪ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ